ਪਰ 2 ਮਹੀਨੇ ਇਹਨਾਂ ਪਾਣੀਆਂ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਆ ਉਹ ਜਿਸ ਤਰ੍ਹਾਂ ਫਸੇ ਰਹੇ ਜਿਵੇਂ ਉਹਨਾਂ ਨੂੰ ਬਾਹਰ ਨਾ ਨਿਕਲਣ ਦਿੱਤਾ ਗਿਆ ਖਾਣਾ ਤੱਕ ਨਾ ਜਾਣ ਦਿੱਤਾ ਗਿਆ ਤੁਸੀਂ ਇਹ ਜਿਹੜਾ ਇਸ ਲੈਵਲ ਤੱਕ ਹੋਇਆ ਬਿਲਕੁਲ ਮਨਾ ਕੀਤਾ ਹੋਇਆ ਸੀ ਉਹ ਬਿਮਾਰ ਹੋ ਰਹੇ ਸੀ ਉਹਨਾਂ ਦੀ ਹਾਲਤ ਵਿਗੜ ਰਹੀ ਸੀ ਉਹ ਦਵਾਈਆਂ ਚਾਹੀਦੀਆਂ ਸੀ ਕੋਈ ਡਾਕਟਰ ਨਹੀਂ ਕੋਈ ਖਾਣਾ ਨਹੀਂ ਕੋਈ ਦੇਖਭਾਲ ਨਹੀਂ ਬਸ ਇੱਕੋ ਹੀ ਸੀ ਇਹਨਾਂ ਨੂੰ ਇਸੇ ਹਾਲਤ ਦੇ ਵਿੱਚ ਮਰਨ ਦਿਓ ਜਿਹੜਾ ਵੈਨਕੂਵਰ ਦਾ ਬੈਸਟ ਮੇਅਰ ਸੀ 1914 ਦਾ ਉਹਨੇ ਵੈਨਕੂਵਰ ਸਿਟੀ ਹਾਲ ਦੇ ਵਿੱਚ ਮਤਾ ਪਾਇਆ ਅੱਛਾ ਉਸ ਮਤੇ ਦੇ ਵਿੱਚ ਲਿਖਿਆ ਕਿ ਹਿੰਦੂ ਸ਼ਬਦ ਵਰਤਿਆ ਇਹ ਹਿੰਦੂ ਜਿਹੜੇ ਇਹ ਸਾਡੇ ਲਈ ਲੋੜੀਂਦੇ ਨਹੀਂ ਇਹਨਾਂ ਨੂੰ ਵਾਪਸ ਮੋੜਨਾ ਜ਼ਰੂਰੀ ਹੈ ਕੈਨੇਡਾ ਦੇ ਲਈ ਇਹਨਾਂ ਤੇ ਕੰਮ ਨਹੀਂ ਇਹਨਾਂ ਲਈ ਕੁਝ ਨਹੀਂ ਤੁਸੀਂ ਇਹਨਾਂ ਨੂੰ ਇੱਥੋਂ ਵਾਪਸ ਮੋੜਨ ਦਾ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਜਿਹੜੇ ਉਸ ਵੇਲੇ ਅਡਾਪਟ ਸੀਗਾ ਉਹਨੂੰ ਭੇਜਿਆ ਗਿਆ ਕਿ ਤੁਰੰਤ ਜਿਹੜਾ ਇੱਥੋਂ ਕੱਢਿਆ ਜਾਵੇ ਲਾਇਨ ਸ਼ਿਪ ਜਿਹੜਾ ਇੱਕ ਨਾਲ ਜੋੜਿਆ ਗਿਆ ਕਿ ਜੇਕਰ ਇਹ ਨਹੀਂ ਮੁੜਦੇ ਤਾਂ ਇਹਨਾਂ ਲੋਕਾਂ ਦੇ ਖਾਤਮੇ ਦਾ ਪ੍ਰਬੰਧ ਕਰੋ ਕਿ ਇਸ ਜਹਾਜ਼ ਨੂੰ ਡਬੋ ਦਿਓ ਉਹ ਹਮਲਾ ਲਈ ਸੀ ਲਾਈਨ ਜਿਹੜਾ ਖੜਾ ਕੀਤਾ ਗਿਆ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨੂੰ ਜਦੋਂ ਪਤਾ ਲੱਗਿਆ ਤੇ ਉਹਨਾਂ ਨੇ ਇਸ ਗੱਲ ਤੇ ਬਹੁਤ ਜ਼ਿਆਦਾ ਆਪਣੀ ਮਾਨਸਿਕ ਤੌਰ ਤੇ ਬੜੀ ਸੰਕਟ ਵਾਲੀ ਸਥਿਤੀ ਮੰਨੀ ਤੇ ਵੈਨਕੂਵਰ ਖਾਲਸਾ ਦੀਵਾਨ ਸੋਸਾਇਟੀ ਜਿਹੜੇ ਇੱਥੇ ਵਸਦੇ ਸਨ ਜਿਹੜੇ ਉਸ ਵੇਲੇ ਸਿੱਖ ਮੁਸਲਮਾਨ ਕੁਝ ਗਿਣਤੀ 'ਚ ਹਿੰਦੂ ਉਹਨਾਂ ਨੇ ਫੈਸਲਾ ਕੀਤਾ ਸਿੱਖਾਂ ਨੇ ਇੱਕ ਸੱਦਾ ਦੇ ਦਿੱਤਾ ਕਿ ਜੇਕਰ ਇਹ ਗੁਰੂ ਨਾਨਕ ਜਹਾਜ਼ ਦੇ ਉੱਪਰ ਹਮਲਾ ਕੀਤਾ ਤਾਂ ਵੈਨਕੂਵਰ ਅੱਗ ਲਾ ਕੇ ਫੂਕ ਦਿਆਂਗੇ ਅੱਛਾ ਜਦੋਂ ਇਹ ਪਤਾ ਲੱਗਿਆ ਇਹਨਾਂ ਦੀਆਂ ਏਜੰਸੀਆਂ ਨੂੰ ਕਿ ਇਹ ਲੋਕ ਬੜੇ ਖਤਰਨਾਕ ਨੇ ਇਹਨਾਂ ਨੇ ਫੈਸਲਾ ਕਰ ਲਿਆ ਕਰ ਵੀ ਦੇਣਾ ਸੀ ਇਹਨਾਂ ਨੇ ਤੈਅ ਕਰ ਲਿਆ ਫਿਰ ਉਹਨਾਂ ਨੇ ਕਿਹਾ ਨਹੀਂ ਇਹਨੂੰ ਜਹਾਜ਼ ਨੂੰ ਮੋੜ ਹੀ ਦਿੱਤਾ ਜਾਵੇ ਇਸ ਤੇ ਕੋਈ ਹਮਲਾ ਨਾ ਕੀਤਾ ਜਾਵੇ ਫਿਰ ਵਾਪਸ ਮੁੜੇ ਆ ਇੱਥੇ ਇਸ ਥਾਂ ਤੇ ਇੱਥੇ ਸੀ ਲਾਈਨ ਬਰਾਬਰ ਖੜਾ ਇੱਥੇ ਗੁਰੂ ਨਾਨਕ ਜਹਾਜ਼ ਖੜਾ ਹਮਲੇ ਦੀ ਤਿਆਰੀ ਹੋਈ ਪਰ ਜਦੋਂ ਪਤਾ ਲੱਗਿਆ ਨਾ ਸਾਰਾ ਸ਼ਹਿਰ ਜਿਹੜਾ ਹੈ ਫੂਕ ਦੇਣਾ ਉਹ ਕਹਿੰਦੇ ਅਸੀਂ ਇਹ ਨਾ ਸੋਚੋ ਕਿ ਅਸੀਂ ਕਿੰਨੇ ਕੁ ਬੰਦੇ ਹਾਂ ਅਸੀਂ ਛੱਡਣਾ ਨਹੀਂ ਫਿਰ ਉਹ ਮੁੜ ਕੇ ਦਰਜ ਨੇ ਇਤਿਹਾਸ 'ਚ ਗੱਲ ਇਤਿਹਾਸ 'ਚ ਦਰਜ ਆ ਇੱਕ ਇੱਕ ਗੱਲ ਜਿਹੜੀ ਆਪਾਂ ਕਹਿ ਰਹੇ ਹਾਂ ਤੱਥਾਂ 'ਤੇ ਆਧਾਰਿਤ ਹੈ ਅਤੇ ਕਹਾਣੀਕਾਰ ਇਤਿਹਾਸਕਾਰ ਕਲਾਕਾਰ ਕਈ ਵਾਰ ਜਿਵੇਂ ਅਸੀਂ ਜੈਕ ਨਾਗਰਾ ਹੋਰਾਂ ਦੀ ਗੱਲ ਕੀਤੀ ਉਹਨਾਂ ਨੇ ਕੁਝ ਇੱਕ ਆਪਣੀਆਂ ਭਾਵਨਾਵਾਂ ਦਾ ਆਸਰਾ ਲੈ ਲਿਆ ਜਿਵੇਂ ਦਸਤਾਰਾਂ ਹਰੀਆਂ ਬਦਲ ਦਿੱਤੀਆਂ ਬਾਬਾ ਗੁਰਦਿੱਤ ਸਿੰਘ ਹੋਰਾਂ ਦੀ ਤਸਵੀਰ ਦੇਖੋ ਦਸਤਾਰ ਹਰੀ ਨਹੀਂ ਸੀ ਜਿਹੜੀਆਂ ਉਹਨਾਂ ਦੇ ਪੇਂਟਿੰਗਸ ਵੀ ਕਈ ਤਿਆਰ ਕੀਤੀਆਂ ਪੁੱਠੀਆਂ ਦਸਤਾਰਾਂ ਲਾ ਦਿੱਤੀਆਂ ਉਹ ਪੁੱਠੀਆਂ ਨਹੀਂ ਸਨ ਸੋ ਪਰ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਉਹ ਤੱਥਾਂ 'ਤੇ ਹੈ ਅਸੀਂ ਹੁਣ ਜਿਹੜੀ ਜਗ੍ਹਾ 'ਤੇ ਪਹੁੰਚ